ਪੰਜਾਬ ਸਰਕਾਰ ਵੱਲੋਂ ਨਿਯੁਕਤ ਗਾਰਡੀਅਨਸ ਆਫ ਗਵਰਨੈਂਸ ਖੁਸ਼ਹਾਲੀ ਦੇ ਰਾਖੇ ਜ਼ਿਲ੍ਹਾ ਜਲੰਧਰ ਦੇ ਮੁਖੀ ਮੇਜਰ ਜਨਰਲ SS ਪਵਾਰ ਨੇ ਡਿਪਟੀ ਕਮਿਸ਼ਨਰ ਜਲੰਧਰ ਨਾਲ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੀਓ ਦੀ ਟੀਮ ਵੱਲੋਂ 32,500 ਦੇ ਕਰੀਬ ਰਿਪੋਰਟਾਂ ਦਿੱਤੀਆਂ ਗਈਆਂ ਸਨ, ਜਿਸ ਵਿੱਚੋਂ ਤਕਰੀਬਨ 8,000 ਤੋਂ ਕੁਛ ਘੱਟ ਰਿਪੋਰਟਾਂ 'ਤੇ ਕਾਰਵਾਈਆਂ ਕੀਤੀਆਂ ਗਈਆਂ ਹਨ ਅਤੇ ਤਕਰੀਬਨ 75% ਰਿਪੋਰਟਾਂ 'ਤੇ ਕਾਰਵਾਈ ਹੋਣੀ ਬਾਕੀ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਨੇ ਹਾਜ਼ਰ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਜੀਓਜੀ ਵੱਲੋਂ ਕੀਤੀਆਂ ਰਿਪੋਰਟਾਂ 'ਤੇ ਕਾਰਵਾਈ ਮੁਕੰਮਲ ਕਰਨ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਮੂਹ ਜੀਓਜੀ ਵੱਲੋਂ ਪਿੰਡਾਂ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ। ਜਲੰਧਰ ਡਿਸਟ੍ਰਿਕਟ ਦੇ ਵਿੱਚ ਤਕਰੀਬਨ ਅਸੀਂ 32,500 ਤੋਂ ਉੱਤੇ ਫੀਡਬੈਕਸ ਦੇ ਚੁੱਕੇ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ। ਇਹਦੇ ਵਿੱਚੋਂ ਤਕਰੀਬਨ ਉਹਨਾਂ ਨੇ ਐਕਸ਼ਨ ਜਿਹੜਾ ਲਿਆ ਹੈ ਟੋਟਲ ਮਿਲਾ ਕੇ ਤਕਰੀਬਨ 8,000 ਤੋਂ ਥੋੜ੍ਹਾ ਜਿਹਾ ਘੱਟ ਹੈਗਾ, ਜਿਹੜਾ ਕਿ ਮਤਲਬ 25% ਦੇ ਕਰੀਬ ਬਣਦਾ ਇਹਨਾਂ ਨੇ ਐਕਸ਼ਨ। ਉਹਦੇ ਕੁਛ ਕੰਮ ਗਰਾਊਂਡ 'ਤੇ ਹੋਇਆ ਹੈ, ਪਰ ਜ਼ਿਆਦਾਤਰ ਜਿਹੜੇ ਕੰਮ ਹੈਗੇ ਆ ਉਹ ਇਸ਼ੂਜ਼ ਹਾਲੇ ਲੈਟਰਸ ਹੀ ਲਿਖੀਆਂ ਗਈਆਂ ਵੇਰੀਅਸ ਡਿਪਾਰਟਮੈਂਟਸ ਨੂੰ ਕੰਮ ਕਰਨ ਲਈ। ਸਾਰਿਆਂ ਤੋਂ ਜ਼ਿਆਦਾ ਪ੍ਰੋਬਲਮ ਜਿਹੜਾ ਹੈਗਾ ਉਹ ਰੋਡ ਲਿੰਕ ਰੋਡਸ ਦਾ ਹੈਗਾ, ਮਨਰੇਗਾ ਸਕੀਮ ਦਾ, ਹੋਸਪਿਟਲਸ, ਇਹਦੂ ਇਲਾਵਾ ਜਿਹੜੀਆਂ ਪੈਨਸ਼ਨ ਸਕੀਮ, ਆਸ਼ੀਰਵਾਦ, ਇਹਨਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪ੍ਰੋਬਲਮ। ਸਕੂਲ ਐਜੂਕੇਸ਼ਨ ਦੇ ਵਿੱਚ ਕਈ ਸਾਰੀ ਇਸ਼ੂਜ਼ ਹੈਗੀਆਂ ਜਿਹੜੀਆਂ ਕਿ ਸੁਧਾਰਨ ਵਾਲੀਆਂ ਹੈਗੀਆਂ। ਅੱਜ ਸਾਡੀ ਮੀਟਿੰਗ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਅਤੇ ਸਾਰੇ SDMs ਅਤੇ ਸਾਰੇ ਸਟੇਕ ਹੋਲਡਰਸ ਉੱਥੇ ਸੀਗੇ। ਅਸੀਂ ਕਾਫੀ ਸਾਰੀਆਂ ਇਸ਼ੂਜ਼ ਅੱਜ ਰੇਜ਼ ਕੀਤੀਆਂ ਹਰ ਇੱਕ ਸਕੀਮ ਦੀਆਂ, ਅਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਰੇ SDMs ਨੂੰ ਵੀ ਆਦੇਸ਼ ਦਿੱਤਾ ਹੈ ਕਿ ਇਮੀਡੀਏਟਲੀ ਜਿਹੜੀਆਂ ਜਿਹੜੀਆਂ ਫੀਡਬੈਕਸ ਹੈਗੀਆਂ ਉਹਨਾਂ ਉੱਤੇ ਐਕਸ਼ਨ ਲਿਆ ਜਾਵੇ। ਐਂਡ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨੈਕਸਟ ਮੰਥ ਜਦੋਂ ਸਾਡੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਵੀ ਫੀਡਬੈਕਸ ਹੈਗੀਆਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ 'ਤੇ ਐਕਸ਼ਨ ਹੋਇਆ ਹੋਣਾ ਚਾਹੀਦਾ। ਅਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਕਿਹਾ ਤੁਸੀਂ ਆਪਣੇ ਆਪਣਾ ਪੂਰਾ ਡੇਟਾ ਨੈਕਸਟ ਫੀਡਬੈਕ 'ਚ ਉਹਨਾਂ ਨੂੰ ਦਿਖਾਉਣ ਲਈ ਲੈ ਕੇ ਆਇਆ। ਜਿੱਦਾਂ ਜਿਹੜਾ ਡਰੱਗ ਅਬਿਊਜ਼ ਹੈਗਾ, ਡਰੱਗ ਅਬਿਊਜ਼ ਲਈ ਸਾਡੇ GOGs ਜਿਹੜੇ ਹੈਗੇ ਆ ਉਹ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਅਸੀਂ ਆਈਡੈਂਟੀਫਾਈ ਕਰ ਲਏ ਆ ਕਿੰਨੇ ਕਿੰਨੇ ਬੰਦੇ ਹੈਗੇ ਆ ਜਿਹੜੇ ਡਰੱਗਸ ਲੈਂਦੇ ਆ, ਉਹਨਾਂ ਦੀ ਲਿਸਟਾਂ ਤਿਆਰ ਕਰ ਲਈਆਂ ਅਤੇ ਉਹਨਾਂ ਨੂੰ ਮੋਟੀਵੇਟ ਕਰਕੇ ਉਹਨੂੰ ਡੀ ਐਡਿਕਸ਼ਨ ਸੈਂਟਰਸ ਵਿੱਚ ਲੈ ਕੇ ਜਾਣਾ। ਇਹ ਸਾਡੇ GOGs ਬਹੁਤ ਜੋਸ਼ ਨਾਲ ਹੁਣ ਪਾਰਟੀਸਪੇਟ ਕਰ ਰਹੇ ਆ ਅਤੇ ਕਰ ਅਗਾਂਹ ਵੀ ਇਹਦੇ ਉੱਤੇ ਕਾਫੀ ਜ਼ੋਰ ਦਿੱਤਾ ਜਾਊਗਾ। ਇਸ ਮੌਕੇ ਕਰਨਲ ਮਨਦੀਪ ਸਿੰਘ, ਲੈਫਟੀਨੈਂਟ ਕਰਨਲ ਬਚਨ ਸਿੰਘ, ਲੈਫਟੀਨੈਂਟ ਕਰਨਲ ਵਿਜੇ ਕੁਮਾਰ, ਲੈਫਟੀਨੈਂਟ ਕਰਨਲ ਬਲਵੀਰ ਸਿੰਘ, ਕੈਪਟਨ RS ਪਰਮਾਰ, ਸੂਬੇਦਾਰ ਮੇਜਰ ਨਰਿੰਦਰ ਸਿੰਘ, ਸੂਬੇਦਾਰ ਰਘਵੀਰ ਸਿੰਘ, ਸੂਬੇਦਾਰ ਜਗਰੂਪ ਸਿੰਘ ਆਦਿ ਹਾਜ਼ਰ ਸਨ।